ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਭੰਡਾਰ ਭੱਬੇ 'ਤੇ ਟਿੱਪੀ ਹੈ, ਆਮ ਤੌਰ 'ਤੇ ਆਪਾਂ ਭੰਡਾਰ ਪੜ੍ਹ ਜਾਂਦੇ ਹਾਂ। ਭੰਡਾਰ ਪੜ੍ਹੀਏ ਉਹ ਟਿੱਪੀ ਨਹੀਂ ਬੋਲੀ ਜਾਂਦੀ, ਉਹ ਬਿੰਦੀ ਬੋਲੀ ਜਾਂਦੀ ਹੈ ਭੱਬੇ ਦੇ ਉੱਪਰ। ਇਹ ਟਿੱਪੀ ਲੱਗੀ ਹੋਈ ਹੈ, ਭੰਡਾਰ ਪੂਰਾ ਸਪਸ਼ਟ ਉਚਾਰਨ ਹੋਵੇ। ਅਮੁੱਲ ਆਵ ਹੈ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪਰਵਾਣ। ਅਮੁੱਲ ਬਖਸੀਸ ਅਮੁੱਲ ਨੀਸਾਣ, ਅਮੁੱਲ ਕਰਮ ਅਮੁੱਲ ਫੁਰਮਾਣ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰਹਿ ਵਖਿਆਣ। ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ। ਆਖ ਹੈ ਈਸਰ ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ। ਇਹ ਆਖ ਹੈ ਜੋ ਪਾਠੀ ਸਿੰਘ ਜੀ ਨੇ ਪਾਠ ਕੀਤਾ, ਆਖ ਹੈ ਆ ਜ਼ਿਆਦਾ ਉਚਾਰਨ ਆਖ ਹੈ। ਅੱਜ ਕੱਲ੍ਹ ਆਪਾਂ ਆਖ ਹੈ ਜ਼ਿਆਦਾ ਸੁਣਦੇ ਹਾਂ। ਪਾਠੀ ਸਿੰਘ ਨੇ ਜੋ ਪਾਠ ਕੀਤਾ ਆਖ ਹੈ ਸ਼ੁੱਧ ਹੈ। ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮੋਨ ਜਨ ਸੇਵ। ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ। ਇੱਥੇ ਆਮ ਗਲਤੀ ਜੋ ਵੇਖਣ ਵਿੱਚ ਆਉਂਦੀ ਹੈ, ਪਾਏ ਅਤੇ ਜਾਏ ਕਹਿ ਜਾਂਦੇ ਹਾਂ। ਕੇਤੇ ਆਖ ਹੈ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ। ਇਹ ਪਾਏ ਜਾਂ ਜਾਏ ਨਹੀਂ ਬੋਲਣਾ, ਕਿਉਂਕਿ ਦੋਵੇਂ ਜਗ੍ਹਾ ਹਾਹਾ ਲਿਖਿਆ ਹੋਇਆ ਹੈ। ਪਾਹੇ ਜਾਹੇ ਜਿਵੇਂ ਉਚਾਰਨ ਕੀਤਾ ਗਿਆ ਇਸੇ ਤਰ੍ਹਾਂ ਹੀ ਕਰਨਾ ਜੀ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ। ਜੇਵਟ ਭਾਵੈ ਤੇਵਟ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਕੇਤੇ ਰਾਗ ਪਰੀ ਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੋਹਨੋ ਪੌਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਰਾਜਾ ਧਰਮ ਪਾਠ ਇਕੱਠਾ ਆਵੇਗਾ। ਗਾਵ ਹੈ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵ ਹੈ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵ ਹੈ ਇੰਦ ਇਦਾਸਣ ਬੈਠੇ, ਦੇਵਤਿਆ ਦਰ ਨਾਲੇ। ਗਾਵ ਹੈ ਇੰਦ ਇਦਾਸਣ ਬੈਠੇ, ਇਦਾਸਣ ਕੀੜੀ ਉੱਪਰ ਟਿੱਪੀ ਨਹੀਂ ਲੱਗੀ ਹੋਈ, ਇਸ ਵਾਸਤੇ ਆਪਾਂ ਇੱਥੇ ਉਚਾਰਨ ਨਹੀਂ ਕਰਾਂਗੇ। ਹਾਂਜੀ। ਗਾਵ ਹੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵ ਹੈ ਵੀਰ ਕਰਾਰੇ। ਗਾਵਨ ਪੰਡਿਤ ਪੜ੍ਹਨ ਰਖੀਸਰ, ਗਾਵਨ ਪੰਡਿਤ ਪੜ੍ਹਨ ਰਖੀਸਰ। ਜੁਗ ਜੁਗ ਵੇਦਾ ਨਾਲੇ, ਗਾਵ ਹੈ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਏ ਆਲੇ। ਗਾਵਨ ਰਤਨ ਉਪਾਏ ਤੇਰੇ, ਅੱਠਸਠ ਤੀਰਥ ਨਾਲੇ। ਗਾਵ ਹੈ ਜੋਧ ਮਹਾਂਬਲ ਸੂਰਾ, ਗਾਵ ਹੈ ਖਾਣੀ ਚਾਰੇ। ਇੱਥੇ ਖਿਆਲ ਰੱਖਣਾ ਜੋਧ ਮਹਾਂਬਲ ਸੂਰਾ, ਆਮ ਤੌਰ 'ਤੇ ਤੇਜ਼ ਚਾਲ ਚੱਲਦਿਆਂ ਜੋਧ ਮਹਾਂਬਲ ਸੂਰਾ ਇਉਂ ਕਹਿ ਜਾਂਦੇ ਨੇ, ਜੋ ਕਿ ਗਲਤ ਹੋਵੇਗਾ। ਜੋਧ ਮਹਾਂਬਲ ਸੂਰਾ, ਮਹਾਂਬਲੀ ਜੋਧੇ ਅਤੇ ਸੂਰਮੇ, ਇਹ ਉਚਾਰਨ ਦਾ ਖਿਆਲ ਰੱਖਣਾ। ਗਾਵ ਹੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧ ਨੋ ਗਾਵ ਹੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚੇਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ,
ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਹੈ ਭੀ ਵੱਖਰੇ ਵੱਖਰੇ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਖਾਲਸਾ ਜੀ ਤਿੰਨ ਵਾਰ ਇਹ ਸੋਦਰ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਈਮਾਨ ਹੈ ਇੱਕ ਵਾਰ ਆਪ ਜੀ ਨੇ ਇਹ ਜਪਜੀ ਸਾਹਿਬ ਜੀ ਦੇ ਵਿੱਚ ਪੜ੍ਹਿਆ ਹੈ ਦੂਸਰੀ ਵੇਰ ਅੱਗੇ ਸੋਦਰ ਬਾਣੀ ਦੇ ਵਿੱਚ ਆਵੇਗਾ ਜੋ ਰੋਜ਼ਾਨਾ ਸ਼ਾਮ ਵਕਤ ਆਪਾਂ ਸੋਦਰ ਰਹਿਰਾਜ ਸਾਹਿਬ ਦੇ ਪਾਠ ਵਿੱਚ ਪੜ੍ਹਦੇ ਹਾਂ ਅਤੇ ਤੀਸਰੀ ਵਾਰ ਇਹ ਆਸਾ ਰਾਗ ਵਿੱਚ ਸੁਭਾਈਮਾਨ ਆਉਂਦਾ ਹੈ ਤਿੰਨੇ ਹੀ ਸੋਦਰ ਸਤਿਗੁਰੂ ਜੀ ਨੇ ਵੱਖ ਵੱਖ ਮੌਕਿਆਂ 'ਤੇ ਉਚਾਰਨ ਕੀਤੇ ਨੇ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਜਦੋਂ ਵੇਈ ਨਦੀ ਦੇ ਰਾਹੀਂ ਸਤਿਗੁਰੂ ਜੀ ਅਕਾਲ ਪੁਰਖ ਦੇ ਸਨਮੁਖ ਗਏ ਸਨ ਪਹਿਲਾਂ ਮਹਾਰਾਜ ਜੀ ਨੇ ਸੋਦਰ ਉੱਥੇ ਉਚਾਰਨ ਕੀਤਾ ਸੀ ਉਹ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਵਾਲਾ ਹੈ ਇਹ ਜਿਹੜਾ ਸੋਦਰ ਦਾ ਸ਼ਬਦ ਹੈ ਇਹ ਸਿੱਧਾਂ ਦੇ ਨਾਲ ਚਰਚਾ ਵਿਚਾਰ ਕਰਦਿਆਂ ਸੁਮੇਰ ਪਰਬਤ 'ਤੇ ਹੀ ਉਚਾਰਿਆ ਤੀਸਰੀ ਵਾਰ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਕਰਤਾਰਪੁਰ ਸਾਹਿਬ ਵਿਖੇ ਉਚਾਰਨ ਕੀਤਾ ਸੀ ਤਿੰਨ ਵਾਰ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਈਮਾਨ ਹੈ ਲਗਾ ਮਾਤਰਾ ਅਤੇ ਅੱਖਰਾਂ ਦਾ ਫਰਕ ਆਉਂਦਾ ਹੈ ਤਿੰਨੇ ਹੀ ਵਾਰ ਇਸ ਗੱਲ ਦਾ ਆਪ ਜੀ ਨੇ ਖਾਸ ਖਿਆਲ ਰੱਖਣਾ ਕਿਉਂਕਿ ਜਪਜੀ ਸਾਹਿਬ ਅੰਮ੍ਰਿਤ ਵੇਦੇ ਦੇ ਸਾਡੇ ਨਿਤਨੇਮ ਦੇ ਵਿੱਚ ਸ਼ਾਮਿਲ ਹੈ ਅਤੇ ਸੋਦਰ ਰਹਿਰਾਸ ਸਾਡਾ ਸ਼ਾਮ ਵਕਤ ਦਾ ਨਿਤਨੇਮ ਹੈ ਜੋ ਪਾਠਾਂ ਦੇ ਭੇਦ ਫਰਕ ਆਉਂਦੇ ਨੇ ਸਤਿਗੁਰੂ ਜੀ ਨੇ ਆਪ ਆਪਣੀ ਮੌਜ ਮੁਤਾਬਕ ਰੱਖੇ ਨੇ ਕੋਈ ਸ਼ੰਕੇ ਦੀ ਗੁੰਜਾਇਸ਼ ਨਹੀਂ ਕਿ ਇਹ ਕਿਉਂ ਨੇ ਅਤੇ ਜਿਵੇਂ ਜਿਵੇਂ ਇਹ ਪਾਠ ਭੇਦ ਸਤਿਗੁਰੂ ਜੀ ਨੇ ਰੱਖੇ ਨੇ ਅਸੀਂ ਇਹਨਾਂ ਨੂੰ ਪੂਰਨ ਤੌਰ 'ਤੇ ਆਪਣੇ ਖਿਆਲ ਵਿੱਚ ਰੱਖਣਾ ਹੈ ਇੱਧਰ ਉੱਧਰ ਰਲਗੜ ਨਹੀਂ ਹੋਣ ਦੇਣਾ ਜੋ ਇਹ ਪਾਠ ਭੇਦ ਜੋ ਅੱਖਰ ਜੋ ਲਗਾ ਮਾਤਰਾ ਇਹ ਜਪਜੀ ਸਾਹਿਬ ਵਿੱਚ ਸੋਦਰ ਦੀਆਂ ਹਨ ਦੂਸਰੇ ਦੋਹਾਂ ਸੋਦਰ ਦੇ ਸ਼ਬਦਾਂ ਵਿੱਚ ਇਹਨਾਂ ਨਾਲੋਂ ਭਿੰਨ ਹਨ ਜੁਦਾ ਹਨ ਇਹ ਆਪ ਜੀ ਅੱਗੇ ਦਰਸ਼ਨ ਦਿਦਾਰੇ ਕਰੋਗੇ ਜੋ ਸੰਗਤਾਂ ਰੋਜ਼ ਪਾਠ ਕਰਦੀਆਂ ਨੇ ਉਹ ਜਾਣਦੀਆਂ ਵੀ ਹਨ ਇਸ ਲਈ ਇਹਨਾਂ ਸੋਦਰ ਦੇ ਸਾਰੇ ਪਾਠਾਂ ਦਾ ਵੱਖ ਵੱਖ ਤੌਰ 'ਤੇ ਖਾਸ ਤੌਰ 'ਤੇ ਖਿਆਲ ਰੱਖਣਾ ਹੈ ਜੀ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਝੋਲੀ ਝੋਲੀ ਨਹੀਂ ਬੋਲਣਾ ਇੱਥੇ ਕੱਸ ਕੇ ਨਹੀਂ ਬੋਲਣਾ ਪੋਲਾ ਹੀ ਪਾਠ ਹੋਵੇਗਾ ਝੋਲੀ ਅਤੇ ਫਿਰ ਲੱਲੇ ਪੈਰ ਬਿੰਦੀ ਵੀ ਨਹੀਂ ਲੱਗਣ ਦੇਣੀ ਆਮ ਸਾਡਾ ਪੰਜਾਬੀ ਲਫਜ਼ ਝੋਲੀ ਹੈ ਨਾ ਉਹ ਝੋਲੀ ਲਫਜ਼ ਲੱਲੇ ਨੂੰ ਬਿੰਦੀ ਲੱਗ ਕੇ ਬਣਦਾ ਪਰ ਇੱਥੇ ਪੈਰ ਬਿੰਦੀ ਆਪਾਂ ਨਹੀਂ ਲੱਗਣ ਦੇਣੀ ਮੁੰਡਾ ਸੰਤੋਖ ਸਰਮ ਪਤ ਝੋਲੀ ਇਉਂ ਪਾਠ ਹੋਵੇਗਾ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਣ ਪਿੱਛੇ ਭੰਡਾਰੀ ਪਾਠ 'ਤੇ ਵੀ ਬੇਨਤੀ ਕੀਤੀ ਸੀ ਭੰਡਾਰ 'ਤੇ ਵੀ ਕਿ ਭੱਬੇ ਦੀ ਟਿੱਪੀ ਨੂੰ ਪੂਰਨ ਤੌਰ 'ਤੇ ਬੋਲਣਾ ਹੈ ਇੱਥੇ ਵੀ ਇਹ ਗੱਲ ਖਿਆਲ ਵਿੱਚ ਰੱਖਣੀ ਹੈ ਭੰਡਾਰਨ ਪਾਠ ਨਾ ਹੋਵੇ ਭੰਡਾਰਣ ਭੱਬੇ 'ਤੇ ਟਿੱਪੀ ਲਾ ਕੇ ਉਚਾਰਨ ਹੋਵੇ ਭੁਗਤ ਗਿਆਨ ਦਇਆ ਭੰਡਾਰਣ ਘਾਟ ਘਾਟ ਵੱਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇ ਕਾਰ ਚਲਾਵੈ ਹੈ ਲਿਖੇ ਆਵੈ ਹੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ
ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਦੀਵਾਨ ਆਮ ਤੌਰ 'ਤੇ ਇਹ ਪਾਠ ਇਕੱਠਾ ਕੀਤਾ ਜਾਂਦਾ ਹੈ ਪਰ ਜੋ ਪੁਰਾਤਨ ਸੰਪਰਦਾਇ ਪਾਠ ਹੈ ਦੀ ਵੱਖਰਾ ਬਾਣ ਵੱਖਰਾ ਇੱਕ ਲਾਏ ਦੀ ਬਾਣ ਇਉਂ ਇਹ ਪਾਠ ਵੱਖਰਾ ਆਵੇਗਾ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਪਾਠ ਨਾਨਕ ਸੱਚੇ ਕੀ ਸਾਚੀ ਕਾਰ ਕਰਨਾ ਕਈ ਵਾਰ ਆਪਾਂ ਸੱਚੇ ਕੀ ਸੱਚੀ ਕਾਰ ਵੀ ਪੜ੍ਹ ਜਾਂਦੇ ਹਾਂ ਜਿਵੇਂ ਪਾਠੀ ਸਿੰਘ ਜੀ ਨੇ ਪਾਠ ਕੀਤਾ ਨਾਨਕ ਸੱਚੇ ਕੀ ਸਾਚੀ ਕਾਰ ਇਹ ਉਚਾਰਨ ਇੱਕ ਦੂ ਜੀਭੋ ਲੱਖ ਹੋਏ ਹਾਂਜੀ ਇਸ ਪਾਠ ਵੱਲੇ ਵੀ ਉਚੇਚਾ ਧਿਆਨ ਦੇਣ ਦੀ ਲੋੜ ਹੈ ਕਈ ਇੱਕ ਦੂਜੀ ਇਸ ਤਰ੍ਹਾਂ ਪਾਠ ਕਰ ਜਾਂਦੇ ਨੇ ਕਿਉਂਕਿ ਚਾਲ ਵਿੱਚ ਮਿਲਦਿਆਂ ਕਈ ਵਾਰ ਇੱਧਰ ਦੇ ਅੱਖਰ ਉੱਧਰ ਮਿਲ ਜਾਂਦੇ ਨੇ ਇਉਂ ਨਹੀਂ ਹੋਣਾ ਚਾਹੀਦਾ ਇੱਕ ਦੂ ਇਹ ਸੰਬੰਧਕ ਪਾਠ ਆਵੇਗਾ ਜੀਭੋ ਪਾਠ ਵੱਖਰਾ ਆਵੇਗਾ ਕਈ ਜੀ ਭਾਉ ਵੀ ਕਰ ਜਾਂਦੇ ਨੇ ਜੀ ਭਾਉ ਨਹੀਂ ਕਰਨਾ ਜੀਭ ਦਾ ਵਾਚਕ ਹੈ ਜੀਭ ਦਾ ਜ਼ੁਬਾਨ ਦਾ ਅਰਥ ਹੈ ਇੱਕ ਦੂ ਜੀਭੋ ਇਉਂ ਪਾਠ ਹੋਵੇਗਾ ਇੱਕ ਦੂ ਜੀਭੋ ਲੱਖ ਹੋਏ ਇੱਕ ਦੂ ਜੀਭੋ ਲੱਖ ਹੋਏ ਲੱਖ ਹੋਵੇ ਹੈ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆ ਚੜੀਆ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ 21 ਪਾਠ ਜਿਹੜਾ ਹੈ ਸਾਧ ਸੰਗਤ ਜੀ ਆਮ ਤੌਰ 'ਤੇ ਜੋ ਗਲਤੀ ਹੁੰਦੀ ਆ 21 ਐੜਾ ਬੋਲ ਜਾਂਦੇ ਨੇ 21 ਈੜੀ ਨੂੰ ਸਿਹਾਰੀ ਪੂਰਾ ਉਚਾਰਨ ਕਰਕੇ ਬੋਲਣਾ ਹੈ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਇੱਥੇ ਮੰਗਣ ਕਈ ਵਾਰ ਆਪਾਂ ਨੰਗੇ ਦਾ ਉਚਾਰਨ ਕਰ ਜਾਂਦੇ ਹਾਂ ਇੱਥੇ ਸਤਿਗੁਰੂ ਜੀ ਨੇ ਗੱਗਾ ਲਿਖਿਆ ਇਸ ਕਰਕੇ ਮੰਗਣ ਉਚਾਰਨ ਕਰਨਾ ਜੋਰ ਨਾ ਮੰਗਣ ਗੱਗਾ ਲਗਾਉਣਾ ਵਿੱਚ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਇ ਨਾਨਕ ਉੱਤਮ ਨੀਚ ਨਾ ਕੋਇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਇੱਥੇ ਗਇਆ
ਕਈ ਵਾਰ ਆਪਾਂ ਗਿਆ ਉਚਾਰਨ ਕਰ ਦਿੰਦੇ ਹਾਂ, ਗੱਗਾ ਈੜੀ ਸਿਹਾਰੀ ਐੜੇ ਕੰਨਾਂ ਗਇਆ, ਨਾਨਕ ਗਇਆ ਜਾਪੈ ਜਾਏ, ਇਹ ਉਚਾਰਨ ਸ਼ੁੱਧ ਹੈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕਾਨ, ਇਹ ਪਾਠ ਥੋੜ੍ਹਾ ਕੱਸ ਕੇ ਹੋਵੇਗਾ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਹੈ। ਕਾਨ ਪੋਲਾ ਨਹੀਂ ਬੋਲਣਾ, ਕੇਤੇ ਕਾਨ ਮਹੇਸ਼, ਕਾਨ ਤੋਂ ਭਾਵ ਕਨਈਆ ਭਾਵ ਕ੍ਰਿਸ਼ਨ, ਕਿੰਨੇ ਹੀ ਕ੍ਰਿਸ਼ਨ ਅਤੇ ਕਿੰਨੇ ਹੀ ਮਹੇਸ਼ ਸ਼ਿਵ ਜੀ ਨੇ। ਹਾਂਜੀ, ਕੇਤੇ ਵਰਮੇ ਘਾੜਤ ਘੜੀਆ ਹੈ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਕਰਮ ਭੂਮੀ ਜਿਵੇਂ ਪਾਠ ਗ੍ਰੰਥੀ ਸਿੰਘ ਜੀ ਨੇ ਮਿਲਾ ਕੇ ਕੀਤਾ, ਇਸੇ ਤਰ੍ਹਾਂ ਕਰਨਾ। ਆਮ ਤੌਰ 'ਤੇ ਕਰ ਜਾਂਦੇ ਹਾਂ ਕੇਤੇ ਕਰਮ ਭੂਮੀ ਮੇਰ ਕੇਤੇ, ਇਉਂ ਨਹੀਂ ਹੋਵੇਗਾ, ਕਰਮ ਭੂਮੀ ਪਾਠ ਇਕੱਠਾ ਆਵੇਗਾ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਇੱਥੇ ਨਾਦ ਵਿਨੋਦ ਕੂੜ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਐ ਬਹੁਤ ਅਨੂਪ, ਤਾ ਕੀਆ ਗੱਲਾ ਕਥੀਆ ਨ ਜਾਹ, ਜੇ ਕੋ ਕਹੈ ਪਿੱਛੈ ਪਛੁਤਾਏ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾ ਸਿੱਧਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸਹਿ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਾਤ ਪਾਹਾਰਾ। ਹਾਂਜੀ, ਜਾਤ ਬੋਲਣਾ ਪੋਲਾ ਬੋਲਣਾ, ਜਤ ਪਾਠ ਨਹੀਂ ਕਰਨਾ। ਹਾਂਜੀ, ਜਾਤ ਪਾਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪ ਤਾਉ। ਖੱਲਾ, ਇਹ ਪਾਠ ਕੱਸ ਕੇ ਥੋੜ੍ਹਾ ਜਿਹਾ ਅਦਕ ਲਾ ਕੇ ਹੋਵੇਗਾ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਹੈ। ਖਲਾ ਨਹੀਂ ਬੋਲਣਾ, ਭਾਂਡਾ ਭਾਵ। ਹਾਂਜੀ ਵਾਹਿਗੁਰੂ ਜੀ, ਖੱਲਾ ਵੀ ਨਹੀਂ ਬੋਲਣਾ, ਲੱਲੇ ਨੂੰ ਬਿੰਦੀ ਨਹੀਂ ਲਾਉਣੀ ਉੱਪਰ, ਖੱਲਾ ਪਾਠ ਹੀ ਹੋਵੇਗਾ। ਹਾਂਜੀ, ਭਉ ਖੱਲਾ ਅਗਨ ਤਪ ਤਾਉ, ਭਾਂਡਾ ਭਾਵ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ,
ਖੇਲੈ ਸਗਲ ਜਗਤ। ਇਹ ਪਾਠ ਜਗਤ ਹੀ ਹੋਵੇਗਾ, ਜਗਤ ਨਹੀਂ ਬੋਲਣਾ। ਜਿਵੇਂ ਪਿੱਛੇ ਮਹੱਤ ਹੈ ਪਿਛਲੀ ਪੰਗਤੀ ਦਾ, ਉਹ ਮਹੱਤ ਪਾਠ ਹੀ ਆਵੇਗਾ, ਮਹਿਤ ਨਹੀਂ ਹੋਵੇਗਾ। ਅਤੇ ਇੱਥੇ ਜਗਤ ਹੋਵੇਗਾ, ਜਗਤ ਨਹੀਂ ਹੋਵੇਗਾ, ਇਸ ਫਰਕ ਦਾ ਖਿਆਲ ਰੱਖਣਾ ਜੀ। ਚੰਗੇ ਆਈਆ ਬੁਰੇ ਆਈਆ, ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ, ਕੀ ਨੇੜਾ ਕੀ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਸਾਧ ਸੰਗਤ ਜੀ, ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਹੁਣ 12 ਵਜੇ ਦਾ ਸਮਾਂ ਹੋ ਚੁੱਕਾ ਹੈ। ਅਗਲਾ ਜੋ ਪ੍ਰੋਗਰਾਮ ਹੈ ਉਹਦੇ ਬਾਰੇ ਸੰਗਤਾਂ ਦੀ ਜੋ ਵਿਚਾਰ ਆ ਰਹੀ ਹੈ, ਜੋ ਪਹਿਲਾਂ ਆਪਾਂ ਸਮੇਂ ਦਾ ਮਹਾਂਪੁਰਸ਼ਾਂ ਨੇ ਅਨਾਊਂਸ ਕੀਤਾ ਸੀ ਜਾਂ ਨੀਯਤ ਕੀਤਾ ਸੀ, ਉਹ ਇਹ ਸੀ ਕਿ ਸਵੇਰੇ 9 ਤੋਂ 12, 2 ਤੋਂ 5 ਵਜੇ ਤੱਕ ਇਹ 2 ਬੈਚ ਲਾਏ ਜਾਣਗੇ, 2 ਸਮੇਂ ਇਹ ਕੀਤਾ ਜਾਵੇਗਾ। ਪਰ ਸ਼ਹਿਰ ਦੀ ਸੰਗਤ ਵੱਲੋਂ, ਪ੍ਰੇਮੀਆਂ ਵੱਲੋਂ ਬਹੁਤ ਆਵਾਜ਼ ਇਹ ਆ ਰਹੀ ਹੈ ਕਿ ਜੇ 2 ਘੰਟੇ ਦਾ ਵਕਫਾ ਪਾਵਾਂਗੇ, ਜਿਹੜੀ ਸੰਗਤ ਚਲੀ ਗਈ ਦੁਬਾਰਾ ਵਾਪਸ ਨਹੀਂ ਆ ਸਕਦੀ। ਸੋ ਉਹਦੇ ਵਾਸਤੇ ਵਿਚਾਰ ਕਰਕੇ ਸਮਾਂ ਇਸ ਤਰ੍ਹਾਂ ਕੀਤਾ ਜਾਵੇਗਾ ਕੱਲ੍ਹ ਤੋਂ ਕਿ 1/2 ਘੰਟੇ ਦਾ ਵਿੱਚ ਵਕਫਾ ਦੇ ਕੇ 2-2, 2.5-2.5 ਘੰਟੇ ਦਾ ਆਪਾਂ ਸਮਾਗਮ ਜਿਹੜਾ ਸਵੇਰੇ 8 ਤੋਂ ਸ਼ੁਰੂ ਕਰਕੇ 8 ਤੋਂ 10 ਵਜੇ ਤੱਕ 2 ਘੰਟੇ ਦੀ ਕਲਾਸ ਲੱਗੇ, 10:30 ਤੋਂ ਫਿਰ ਦੁਬਾਰਾ 1/2 ਘੰਟਾ ਤੁਸੀਂ ਜਲ ਪਾਣੀ ਛੱਕ ਕੇ 5 ਇਸ਼ਨਾਨਾਂ ਕਰਕੇ ਫਿਰ ਆ ਜਾਓ, 2 ਘੰਟੇ ਦੀ ਕਲਾਸ ਫਿਰ ਲੱਗੇ ਅਤੇ 1:30-2 ਵਜੇ ਤੱਕ ਸਾਰੀ ਸਮਾਪਤੀ ਜਿਹੜੀ ਹੈ, ਲੰਗਰ ਪ੍ਰਸ਼ਾਦਾ ਛੱਕ ਕੇ ਆਪਣੇ ਆਪਣੇ ਸਥਾਨਾਂ 'ਤੇ ਵੀ ਜਾ ਸਕਦੀ ਹੈ ਸੰਗਤ, ਇਹ ਵਿਚਾਰ ਬਣ ਰਹੀ ਹੈ। ਉਹ ਆਪ ਜੀ ਨੂੰ ਦੁਪਹਿਰ ਦੇ ਪ੍ਰੋਗਰਾਮ 'ਤੇ ਅਨਾਊਂਸ ਪੱਕੀ ਤੌਰ 'ਤੇ ਸੰਗਤ ਦੇ ਨਾਲ ਵਿਚਾਰ ਕਰਕੇ ਕਰ ਦਿੱਤੀ ਜਾਏਗੀ। ਹੁਣ ਅੱਜ ਦਾ ਜੋ ਪ੍ਰੋਗਰਾਮ ਹੈ ਪਹਿਲੇ ਦਿਨ ਦਾ, ਕਿਉਂਕਿ ਸਵੇਰ ਦਾ ਆਪਣਾ ਮਹਾਂਪੁਰਸ਼ਾਂ ਨੇ ਸੰਗਤਾਂ ਨਾਲ ਬਚਨ ਬਿਲਾਸ ਕੀਤੇ, ਸ਼ੁਰੂਆਤ ਦਾ ਦਿਨ ਸੀਗਾ ਅਤੇ ਸਮੇਂ ਨੂੰ ਆਪਾਂ ਪੂਰਾ ਕਵਰ ਨਹੀਂ ਕਰ ਸਕੇ। ਅੱਜ ਦੀ ਜੋ ਕਲਾਸ ਹੈ ਦੁਪਹਿਰ ਦੀ, ਉਹ 2 ਤੋਂ ਲੈ ਕੇ 5 ਵਜੇ ਤਾਈਂ ਲਗਭਗ 3 ਘੰਟੇ ਦੀ ਹੋਵੇਗੀ। ਸੋ ਹੁਣ ਇੱਥੇ ਸਮਾਪਤੀ ਕਰਦੇ ਹਾਂ। ਆਪ ਜੀ ਗੁਰੂ ਕੇ ਲੰਗਰ 'ਚ ਪ੍ਰਸ਼ਾਦਾ ਛਕੋ, ਔਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹਨ, ਪਰ ਤੁਹਾਡੇ ਸਾਰਿਆਂ ਕੋਲ ਪੋਥੀਆਂ ਹੋਣ ਕਰਕੇ ਮੇਰੀ ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਆਪਾਂ ਵੱਡੇ ਦਰਬਾਰ ਸਾਹਿਬ ਵਿੱਚ ਉੱਥੇ ਪਹੁੰਚਾ ਦਿਆਂਗੇ, ਉੱਥੋਂ ਹੀ ਸੰਗਤਾਂ ਕੜਾਹ ਪ੍ਰਸ਼ਾਦ ਕਾਊਂਟਰ ਤੋਂ ਕੜਾਹ ਪ੍ਰਸ਼ਾਦ ਪ੍ਰਾਪਤ ਕਰ ਲਿਆ ਜਾਵੇ, ਕਿਉਂਕਿ ਇੱਥੇ ਤੁਹਾਡੇ ਕੋਲ ਪੋਥੀਆਂ ਨੇ, ਤੁਸੀਂ ਪੋਥੀਆਂ ਨੂੰ ਜੂਠੇ ਹੱਥ ਲਾਓਗੇ, ਸੰਭਾਲੋਗੇ, ਕਿੱਥੇ ਰੱਖੋਗੇ। ਇਸ ਕਰਕੇ ਕੜਾਹ ਪ੍ਰਸ਼ਾਦ ਉੱਥੇ ਪਹੁੰਚਾ ਦਿੱਤਾ ਜਾਏਗਾ। ਸਾਹਮਣੇ ਸੱਚਖੰਡ ਦਾ ਜੋ ਕਮਰਾ ਹੈ, ਪੋਥੀਆਂ ਸਾਰੀ ਸੰਗਤਾਂ ਨੂੰ ਬੇਨਤੀ ਹੈ, ਉੱਥੇ ਆਸਣ ਲੱਗੇ ਨੇ ਪੋਥੀਆਂ, ਉੱਥੇ ਸਿੰਘਾਂ ਨੂੰ ਡਿਊਟੀ ਲੱਗੀ ਹੈ, ਉਹ ਪੋਥੀਆਂ ਲੈ ਕੇ ਉੱਥੇ ਸੁਖਾਸਨ ਕਰ ਦੇਣਗੇ। ਠੀਕ 2:45 ਵਜੇ ਆਪ ਜੀ ਨੇ ਕਿਰਪਾ ਕਰਨੀ ਹੈ, 1.5 ਘੰਟਾ ਤੁਹਾਡੇ ਕੋਲ ਸਮਝੋ ਅੱਜ ਬਚਿਆ ਹੈ, ਉਹਦੇ ਵਿੱਚ ਤੁਸੀਂ ਜਲ ਪਾਣੀ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ